ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਗਤ ਗੁਰੂ ਤਨ 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 ਸੇਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦੂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ ਅੱਜ ਨਵੀਂ ਪੋੜੀ ਦੀ ਵਿਚਾਰ ਆਰੰਭ ਹੋਣ ਜਾ ਰਹੀ ਹੈ ਆਪ ਸਭ ਮਾਈ ਪਾਈ ਪਿਆਰ ਸਹਿਤ ਫਤਿਹ ਬਲਾਉ ਜੀ ਵਾਹ ਗੁਰੂ ਚੀਕਾ ਖਾਲਸਾ ਵਾਹ ਗੁਰੂ ਚੀਕੀ ਫਤਿਹ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਸਚਾਰ ਬਣਨ ਦਾ ਉਪਦੇਸ਼ ਕੀਤਾ ਰੱਬੀ ਹੁਕਮਾਂ 'ਚ ਆ ਕੇ ਸਚਾਰ ਬਣਿਆ ਜਾ ਸਕਦਾ ਹੈ। ਉਹ ਰੱਬੀ ਹੁਕਮਾਂ ਦੀ ਸਮਝ ਕਿਵੇਂ ਆਵੇ? ਗੁਰੂ ਦੀ ਸਿੱਖਿਆ ਗੁਰੂ ਦੇ ਗਿਆਨ ਦੇ ਨਾਲ ਗੁਰਪ੍ਰਸਾਦ ਤੇ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ ਉਹਦੀ ਜ਼ਿੰਦਗੀ 'ਚ ਤਬਦੀਲੀਆਂ ਆ ਜਾਂਦੀਆਂ ਨੇ। ਜਿਵੇਂ ਪਿਛਲੀ ਪੌੜੀ 'ਚ ਗੁਰੂ ਜੀ ਨੇ ਇਹ ਰਹਿਮਤ ਕੀਤੀ ਕਿ ਸੁਣਨ ਦੇ ਨਾਲ ਸਿੱਧ ਪੀਰ ਸੁਰਨਾਥ ਦੇਵਤੇ ਇਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਧਰਤੀ ਆਕਾਸ਼ ਸੂਰਜ ਮੰਡਲ ਜਜੀਰੇ ਦੀਪ ਇਨ ਨਾਮ ਦੇ ਆਸਰੇ ਦੇ ਨੀਵੇਂ ਦੇ ਵਿੱਚ ਸਿਸਟਮ ਦੇ ਵਿੱਚ ਖੜੇ ਹੋਏ ਨੇ ਸਮਝ ਲੱਗ ਜਾਂਦੀ ਹੈ ਰੱਬੀ ਗੁਨਾ ਨੂੰ ਧਾਰਨ ਕੀਤਿਆਂ ਆਤਮਿਕ ਮੌਤ ਪੁੰਦੀ ਨਹੀਂ ਹੈ ਜੀਵ ਜਿਉਂ ਉੱਠਦਾ ਹੈ ਆਤਮਿਕ ਤੌਰ ਤੇ ਜੀ ਪੈਂਦਾ ਹੈ ਔਰ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ ਉਹਦੀ ਜ਼ਿੰਦਗੀ 'ਚ ਖੇੜਾ ਆ ਜਾਂਦਾ ਹੈ ਉਹਦੇ ਦੁੱਖ ਪਾਪ ਨਾਸ਼ ਹੋ ਜਾਂਦੇ ਹਨ ਇਸ ਤੋਂ ਅਗਲੇ ਵਚਨ ਸੁਣਿਆ ਹੈ ਈਸ਼ਰ ਬ੍ਰਹਮਾ ਇੰਦ ਸੁਣਿਆ ਮੈਨੇ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਅੰਤੌਰ ਤੇ ਇਸ ਤੁਕ ਦੇ ਅਰਥ ਕੀਤੇ ਜਾਂਦੇ ਹਨ ਕਿ ਸੁਣਨ ਨਾਲ ਈਸ਼ਰ ਮੈਨੇ ਸ਼ਿਵ ਬ੍ਰਹਮਾ ਮੈਨੇ ਬ੍ਰਹਮਾ ਇੰਦ ਮੈਨੇ ਇੰਦਰ ਇਹਨਾਂ ਦੀ ਪਦਵੀ ਮਿਲ ਜਾਂਦੀ ਹੈ ਮਨੁੱਖ ਇਹਨਾਂ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਹੁਣ ਗੁਰੂ ਜੀ ਤੇ ਬਾਣੀ ਚ ਇਹ ਕਹਿ ਰਹੇ ਨੇ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਵਰਦ ਚਰੈ ਡੋਰੂ ਟਮਕਾਵੇ ਕਿ ਕੋਈ ਸ਼ਿਵ ਦੀ ਅਵਸਥਾ ਤੇ ਜੇ ਪਹੁੰਚੇਗਾ ਤੇ ਸ਼ਿਵ ਬੈਲ ਦੀ ਉੱਪਰ ਬੈਠ ਕੇ ਢਮਰੂ ਵਜਾ ਰਿਹਾ ਹੈ ਫਿਰ ਉਹ ਸ਼ਿਵ ਦਾ ਰੂਪ ਜਿਹੜਾ ਹੋਏਗਾ ਉਹ ਵੀ ਬੈਲ ਉੱਪਰ ਬੈਠ ਕੇ ਢਮਰੂ ਵਜਾਂਦਾ ਫਿਰੇਗਾ ਗੁਰੂ ਜੀ ਸਾਨੂੰ ਇਸ ਪਦਵੀ ਤੇ ਪਹੁੰਚਾਣਾ ਚਾਹੁੰਦੇ ਹਨ ਉਹ ਪਦਵੀ ਜਿੱਥੇ ਸ਼ਿਵ ਬ੍ਰਹਮਾ ਨੂੰ ਤੀ ਦੇ ਮੌਤ ਹੋਣ ਤੋਂ ਬਚਾਉਣਾ ਚਾਹੁੰਦਾ ਹੈ ਪਾਪ ਤੋਂ ਬਚਾਉਣਾ ਚਾਹੁੰਦਾ ਹੈ ਤੇ ਉਲਟਾ ਬ੍ਰह्म ਹੱਤਿਆ ਲੱਗ ਜਾਂਦੀ ਹੈ ਕਿ ਗੁਰੂ ਜੀ ਅਵਸਥਾ ਤੇ ਪਹੁੰਚਾਣਾ ਚਾਹੁੰਦੇ ਹਨ ਅਨੇਕ ਪਾਤਿਕ ਹਰਤਾ ਤ੍ਰਿਭਵਨ ਨਾਥਰੀ ਤੀਰਥੀ ਤੀਰਥ ਪ੍ਰਮਤਾ ਲਹੈ ਨ ਪਾਰੀ ਕਰਮ ਕਰ ਕਪਾਲ ਮੇ ਫਿਟਸਰੀ ਅਰਥ ਆਪਜੀ ਗੁਰਬਾਣੀ ਚੋਂ ਪੜ ਲੈਣਾ ਗੁਰੂ ਜੀ ਤੇ ਬਾਣੀ ਚ ਇਹ ਗੱਲ ਕਹਿ ਰਹੇ ਨੇ ਤੇ ਬ੍ਰਹਮਾ ਜਿਸ ਬ੍ਰਹਮਾ ਦਾ ਜ਼ਿਕਰ ਕਰ ਰਹੇ ਨੇ ਉਸ ਬ੍ਰਹਮਾ ਦੇ ਬਾਰੇ ਤੇ ਸਪਸ਼ਟ ਹੈ ਉਹ ਤੇ ਆਪਣੇ ਸਰਸਵਤੀ ਧੀ ਦੇ ਪਾਪ ਦਾ ਭਾਗੀ ਹੈ ਕਿ ਗੁਰੂ ਜੀ ਸਾਨੂੰ ਕੈਰੈਕਟਰਲੈਸ ਬਣਾਉਣਾ ਚਾਹੁੰਦੇ ਹਨ ਕਿ ਉਸ ਪਦਵੀ ਤੇ ਪਹੁੰਚਾ ਕੇ ਤੇ ਬ੍ਰਹਮਾ ਬਾਰੇ ਇਹ ਕਿਹਾ ਜਾਂਦਾ ਹੈ ਉਹਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਅੱਜ ਤੁਸੀਂ ਕਿਸੇ ਕਾਲੇ ਨੂੰ ਕਿਸੇ ਗੋਰੇ ਨੂੰ ਕਹਿ ਕੇ ਦੇਖੋ ਇਹ ਦੁਨੀਆ ਜਿਹੜੀ ਬ੍ਰਹਮਾ ਨੇ ਬਣਾਈ ਉਹ ਹੱਸ ਪੈਣਗੇ ਉਹ ਕਹਿਣਗੇ ਕੌਣ ਐਸੇ ਤੇ ਨਾ ਪਹਿਲੀ ਵਾਰ ਸੁਣਿਆ ਸਿਰਫ ਭਾਰਤ ਦੇ ਲੋਕ ਜਾਣਦੇ ਨੇ ਬ੍ਰਹਮਾ ਨੇ ਪੂਰੀ ਦੁਨੀਆ ਨੂੰ ਬਣਾਇਆ ਹੋਰ ਕੋਈ ਵੀ ਨਹੀਂ ਜਾਣਦਾ ਛੋਟੀਆਂ-ਮੋਟੀਆਂ ਚੀਜ਼ਾਂ ਦਾ ਸਭ ਨੂੰ ਪਤਾ ਹੈ ਗ੍ਰੈਵਿਟੀ ਇੱਕੋ ਦਮ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਆਖਦੇ ਨੇ ਨਿਊਟਨ ਦੀ ਕਾਢ ਹੈ ਉਹਦੀ ਖੋਜ ਹੈ ਕਾਢ ਨਹੀਂ ਖੋਜ ਹੈ ਉਹਦੀ ਪੁੱਛੋ ਜਿਹੜਾ ਸਟੀਮ ਇੰਜਨ ਕਿਨੇ ਬਣਾਇਆ ਜਾਰ ਸਟੀਫਨਸਨ ਨੇ ਸਭ ਨੂੰ ਪਤਾ ਹੈ ਰੇਡੀਅਮ ਦੀ ਖੋਜ ਮੈਰੀ ਕ్యూਰੀ ਨੇ ਕੀਤੀ ਸਭ ਨੂੰ ਪਤਾ ਹੈ ਇਹ ਬਲਬ ਕਿਨੇ ਬਣਾਇਆ ਥਾਮਸ ਐਡੀਸਨ ਨੇ ਬਣਾਇਆ जिने ਬਲਬ ਬਣਾਇਆ ਉਹਨੂੰ ਤੇ ਸਾਰੀ ਦੁਨੀਆ ਜਾਣਦੀ ਹੈ ਪਰ ਜਿਨੇ ਪੂਰੀ ਦੁਨੀਆ ਬਣਾਈ ਉਹਨੂੰ ਕੋਈ ਨਹੀਂ ਜਾਣਦਾ ਸਿਰਫ ਭਾਰਤ ਦੇ ਲੋਕ ਜਾਣਦੇ ਨੇ ਗੁਰੂ ਜੀ ਤੇ ਬਾਣੀ ਚ ਇਹ ਕਲ ਕਹਿ ਕੇ ਗਏ ਨੇ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਉਪਾਇ ਜਗਤ ਦਿਖਾਇਆ ਪ੍ਰਭੂ ਨੇ ਸਾਨੂੰ ਪੈਦਾ ਕੀਤਾ ਆਪ ਹੀ ਉਹ ਸ੍ਰਿਸ਼ਟੀ ਬਣਿਆ ਅਵਿਕਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣthia ਆਪ ਹੀ ਪ੍ਰਭੂ ਨਿਰਗੁਣ ਤੋਂ ਸਰਗੁਣ ਹੋ ਗਿਆ ਨਿਰ ਆਕਾਰ ਤੋਂ ਆਕਾਰ ਸਰਕਾਰ ਰੂਪ ਉਹ ਬਣਿਆ ਸੁਣਿਆ ਈਸ਼ਰ ਬ੍ਰਹਮਾ ਇੰਦ ਇੰਦ ਮੈਨੇ ਇੰਦਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੇ ਮੀਂਹ ਨਾ ਪਵੇ ਇੰਦਰ ਨੂੰ ਕੋਈ ਕਿੜਾ ਬਣਾ ਕੇ ਚੌਲ ਬਣਾ ਕੇ ਖਵਾਏ ਤੇ ਉਹ ਮੀਂਹ ਪਾ ਦਿੰਦਾ ਫਿਰ ਅਮੀਰ ਤੇ ਚੌਲ ਖਵਾ ਦੇਗਾ ਆਪਣੀ ਪੈਲੀਆਂ ਚ ਮੀਂਹ ਪਵਾ ਦੇਗਾ ਗਰੀਬ ਦੇ ਖੇਤ ਸੁੱਕੇ ਰਹਿ ਜਾਣਗੇ ਉਹ ਚਾਵਲ ਨਹੀਂ ਖਵਾ ਪਾਏਗਾ ਗਰੀਬ ਕਿੱਥੇ ਜਾਏਗਾ ਕੀ ਪ੍ਰਭੂ ਇਹਨਾ ਵਿਤਕਰਾ ਕਰੇਗਾ ਆਪਣੇ ਸੰਸਾਰ ਵਿੱਚ ਗੁਰੂ ਜੀ ਤਿਆਖਦੇ ਨੇ ਕਿ ਆ ਉੱਠ ਉੱਠ ਦੇਖੋ ਬਪੜੇ ਇਸ ਮੇਗੇ ਹੱਥ ਕਿਛ ਨਾਹੀਂ ਜਿਨਿ ਇਹ ਮੇਗ ਪਠਾਇਆ ਤਿਸ ਰਖੋ ਮਨਵਾਹੀਂ ਇਹ ਜਿਹੜਾ ਬੱਦਲ ਐ ਇਹ ਵਰਖਾ ਕਰਨ ਵਾਲਾ ਰੱਬ ਦੇ ਨਿਯਮ ਚ ਸਿਰ ਪਰੋ ਕੇ ਦੁਨੀਆ ਦੀ ਸੇਵਾ ਕਰ ਰਿਹਾ ਤੁਸੀਂ ਨੂੰ ਪੂਜ ਰਹੇ ਹੋ ਪੈ ਵਿੱਚ ਇੰਦ ਫਿਰੈ ਸਿਰ ਪਰ ਇੰਦਰ ਬਾਰੇ ਤੇ ਵੀ ਬਾਣੀ ਚ ਬਚਨ ਆਉਂਦਾ ਐ ਗੋਤਮ ਤਪਾ ਐਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ ਇੰਦਰ ਨੂੰ ਤੇ ਗੁਰਬਾਣੀ ਨੇ ਤੇ ਸਨਾਤਨ ਮਤ ਦੇ ਆਪਣੇ ਗ੍ਰੰਥਾਂ ਨੇ ਬਲਾਤਕਾਰ ਹੀ ਕੀ ਹੈ ਕਿ ਗੁਰੂ ਜੀ ਸਿੱਖ ਨੂੰ ਇੱਕ ਰੈਪਿਸਟ ਬਣਾਉਣਾ ਚਾਹਦੇ ਨੇ ਇੱਕ ਕੈਰੈਕਟਰਲੈਸ ਬਣਾਉਣਾ ਚਾਹੁੰਦੇ ਨੇ ਨਹੀਂ ਜਦੋਂ ਗੁਰੂ ਦੀ ਕੋਈ ਸੱਚੀ ਸਿੱਖਿਆ ਨੂੰ ਸੁਣਦਾ ਹੈ ਤੁਸੀਂ ਗੁਰਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਕੇ ਦੇਖੋ ਆਪ ਵਿਚਾਰ ਲਓ ਇਹਨਾਂ ਸਾਰਿਆਂ ਦੇ ਬਾਰੇ ਜ਼ਿਕਰ ਆ ਜਾਂਦਾ ਹੈ ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਇਹ ਕਿੰਨੇ ਕੁ ਪਾਣੀ 'ਚ ਖੜੇ ਨੇ ਇਹਨਾਂ ਦੀ ਕਿੰਨੀ ਕੁ ਅਸਲੀਅਤ ਹੈ ਇਹ ਕਿੱਥੇ ਕੁ ਖੜੇ ਨੇ ਸਿੱਖ ਗਿਆਨਵਨ ਹੋ ਜਾਂਦਾ ਹੈ ਸੁਣਿਆ ਮੁਖ ਸਲਾਹਣ ਮੰਦ ਗੁਰੂ ਜੀ ਤੇ ਜੀਵ ਨੂੰ ਚਾ ਚੁਕਰੇ ਨੇ ਇੱਕ ਪਾਸੇ ਇੰਦਰ ਦੀ ਗੱਲ ਹੈ ਦੂਜੇ ਪਾਸੇ ਗੁਰੂ ਜੀ ਕਹਿੰਦੇ ਨੇ ਕਿਆ ਗਲਾਇਓ ਪੂਛ ਪਰ ਵੇਲ ਨਾ ਜੁਹੈਂ ਕੰਤ ਤੂੰ ਸਾਡੇ ਰਤਨਾ ਮਿੱਤੇ ਕਹੈ ਰਹੇ ਨੇ ਪਰ ਬੇਟੀ ਕੋ ਬੇਟੀ ਜਨੈ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੋਹ ਰਤ ਹੋਈ ਰਹਿਤਵਾਨ ਗੁਰੂ ਕਾ ਸਿੱਖ ਸੋਈ ਸਾਡੇ ਰਹਿਤ ਨਾਮ ਇਤੇ ਕਹ ਰਿਹਾ ਨੇ ਪਰ ਬੇਟੀ ਕੋ ਬੇਟੀ ਜਾਣੇ ਗੁਰੂ ਜੀ ਕਹਦੇ ਨੇ ਕਿਆ ਗਲਾਇਓ ਪੂਛ ਪਰ ਵੇਲ ਨਾ ਜੁਹੈਂ ਕੰਤ ਤੂੰ ਪਰ ਤੇ ਰੂਪ ਨਾ ਪੇਖੇ ਨਿਤ ਗੁਰਬਾਣੀ ਇਹ ਕਹ ਰਹੀ ਹੈ ਗੁਰੂ ਜੀ ਆਖਦੇ ਨੇ ਗੁਰੂ ਦੀ ਸੱਚੀ ਸਿੱਖਿਆ ਸੁਣ ਕੇ ਦੇਖ ਲੋ ਤੁਸੀਂ ਇੰਦਰ ਦੀ ਪਦਵੀ ਨਹੀਂ ਪਾਉਂਗੇ ਬਲਕਿ ਤੁਸੀਂ ਸਲਾਹਣ ਯੋਗ ਹੋ ਜਾਓਗੇ ਇੱਜ਼ਤਵਾਨ ਹੋ ਜਾਓਗੇ ਸੁਣਿਆ ਮੁਖ ਸਲਾਹਣ ਮੰਦ ਮੰਦਾ ਬੰਦਾ ਵੀ ਮੁਖ ਤੋਂ ਰੱਬ ਦੀ ਸਿਫਤ ਕਰਨ ਲੱਗ ਜਾਂਦਾ ਹੈ ਤੇ ਸਲਾਹਣ ਯੋਗ ਹੋ ਜਾਂਦਾ ਹੈ। ਸੰਭਾਵਨਾ ਰੱਖਦਾ ਹੈ ਉਹ ਵੀ ਸਲਾਹਣ ਯੋਗ ਹੋ ਜਾਏ। ਸੱਜਣ ਜਿਹੜਾ ਹੈ ਉਹ ਲੋਕਾਂ ਨੂੰ ਲੁੱਟ ਕੇ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਚ ਛੱਡ ਕੇ ਰੋਟੀ ਖਾਂਦਾ ਸੀ। ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਕੁ ਸਿੱਖਿਆ ਸੁਣੀ। ਗੁਰੂ ਨਾਨਕ ਸਾਹਿਬ ਨੇ ਇਹਨਾਂ ਕਿਹਾ ਸੀ ਸੱਜਣਾ ਜਿਸ ਦਿਨ ਤੇਰਾ ਜਨਮ ਹੋਇਆ ਤੇਰੇ ਮਾਤਾ ਪਿਤਾ ਨੇ ਤੇਰਾ ਨਾਂ ਰੱਖਿਆ ਸੱਜਣ ਕਿ ਸਾਡਾ ਪੁੱਤਰ ਸੱਜਣ ਹੋਏਗਾ ਘਟੂ ਕੋ ਆਪਣੇ ਮਾਪਿਓ ਦੀ ਸ਼ਰਮ ਖਾ ਲੈਂਦਾ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਸੱਜਣ ਬਣ ਜਾਂਦਾ ਨਾ ਤੇਰਾ ਸੱਜਣ ਹੈ ਤੂੰ ਸੱਜਣ ਨਹੀਂ ਉਹ ਆਖਦਾ ਫਿਰ ਸੱਜਣ ਕਿਵੇਂ ਬਣੀਦਾ ਗੁਰੂ ਜੀ ਆਖਦੇ ਸੱਜਣ ਉਹ ਨਹੀਂ ਜਿਹੜੇ ਲੋਕਾਂ ਨੂੰ ਮਾਰ ਕੇ ਖੁਸ਼ ਛੜਦੇ ਹੋਣ ਸੱਜਣ ਤੇ ਹਰ ਗਰੀਬ ਦੇ ਨਾਲ ਮਿਲ ਕੇ ਤੁਰਦੇ ਨੇ ਸਾਥ ਦਿੰਦੇ ਨੇ ਉਹਨਾਂ ਦਾ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀ ਹੈ ਥਿੱਥੇ ਖੜੇ ਦਿਸਣ ਸੱਜਣ ਕਿਉਂ ਨੇ ਜਿਹੜੇ ਸਹਾਇਤਾ ਕਰਦੇ ਨੇ ਸਾਥ ਦਿੰਦੇ ਨੇ ਇੱਕ ਸਿੱਖਿਆ ਸੁਣੀ ਉਹ ਜਿਹੜਾ ਮੰਦਾ ਆਦਮੀ ਸੀ ਸਲਾਹਣ ਜੋ ਹੋ ਗਿਆ ਅੱਜ ਸਾਡੀਆਂ ਸਟੇਜਾਂ ਤੋਂ ਸੱਜਣ ਠੱਗ ਗਿਆ ਜਾਂਦਾ ਉਹ ਤੇ ਰੱਬ ਦਾ ਪਿਆਰਾ ਬ੍ਰह्म ਗਿਆਨੀ ਧਰਮੀ ਹੋ ਗਿਆ ਸਚਾਰ ਹੋ ਗਿਆ ਅਸੀਂ ਤੇ ਇੰਨੀ ਵਾਰ ਬਾਣੀ ਸੁਣੀ ਅਸੀਂ ਨਹੀਂ ਬਦਲੇ ਕਿਉਂਕਿ ਕੰਨਾਂ ਨੇ ਸੁਣੀ ਅਸੀਂ ਨਹੀਂ ਸੁਣੀ ਸੁਣਨ ਵਾਲਾ ਮਨੁੱਖ ਜਿਹੜਾ ਸਲਾਹਣ ਜੋਗ ਹੋ ਜਾਂਦਾ ਹੈ ਪਵ ਗੁਰੂ ਦੀ ਸਿੱਖਿਆ ਇੰਨੀ ਸਮਰਭਾਵਨਾ ਰੱਖਦੀ ਹੈ ਕਿ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਕੇ ਦੇਖ ਲਵੇ ਸਲਾਹਣਯੋਗ ਹੋ ਜਾਏ ਕੋਡੇ ਪੀਲ ਵਰਗੇ ਤਰ ਗਏ ਭੂਮੇ ਚੋਰ ਵਰਗੇ ਜ਼ਿੰਦਗੀ ਬਦਲ ਗਏ ਮੰਦੇ ਤੋਂ ਮੰਦਾ ਮਨੁੱਖ ਵੀ ਜ਼ਿੰਦਗੀ ਬਦਲ ਸਕਦਾ ਹੈ ਇੰਨੀ ਸਮਰੱਥਾ ਹੈ ਝੂਠਾ ਆਦਮੀ ਜ਼ਿੰਦਗੀ ਚ ਸੱਚਾ ਮਹਾਂਪੁਰਖ ਹੋ ਸਕਦਾ ਹੈ ਪਾਪੀ ਆਦਮੀ ਪਵਿੱਤਰ ਹੋ ਸਕਦਾ ਹੈ ਜਿਹਦੀ ਨਾਕਾਰਾਤਮਕ ਸੋਚ ਹੈ ਉਹਦੀ ਸੋਚ ਪੋਜ਼ਿਟਿਵ ਹੋ ਸਕਦੀ ਹੈ ਜਿਹੜਾ ਮਨੁੱਖ ਟੈਂਦੀਆਂ ਕਲਾ ਵਿੱਚ ਹੈ ਕੀ ਬਣੇਗਾ ਮੇਰਾ ਕੀ ਬਣੇਗਾ ਮੇਰੇ ਪਰਿਵਾਰ ਦਾ ਗੁਰੂ ਦੀ ਸਿੱਖਿਆ ਇੰਨਾ ਆਤਮਿਕ ਤੌਰ ਤੇ ਸ਼ਕਤੀ ਦੇ ਦਿੰਦੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ ਜਿਹੜਾ ਮਨੁੱਖ ਕਿਸੇ ਨੂੰ ਇੱਕ ਗੱਲ ਨਹੀਂ ਕਹਿ ਪੰਦਾ ਚਤੁਰ ਵਕਤਾ ਹੋ ਜਾਂਦਾ ਹੈ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜੀਆ ਗੁਰਪੇਟ ਪੁਨੀਤਾ ਅਗਯੰਤਾ ਵਿੱਚ ਅਨਾ ਮਨੁੱਖ ਤਿੰਨਾ ਭਵਣਾ ਦੀ ਸੂਜੀ ਰੱਖ ਲੈਂਦਾ ਕਦੋਂ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਪੈ ਚੀਤਾ ਸਾਧੂ ਸੰਗ ਮੈਨੇ ਗੁਰੂ ਦੀ ਸੰਗਤ ਦੀ ਮਹਿਮਾ ਹੈ ਗੁਰੂ ਦੀ ਸਿੱਖਿਆ ਬਦਲ ਦਿੰਦੀ ਹੈ ਸੁਣਿਆ ਮੁਖ ਸਲਾਹਣ ਮੰਦ ਇਹ ਨਹੀਂ ਕਿ ਸਿੱਖ ਕੁਝ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਕਰ ਸਕਦੇ ਹੋ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅਮਲ ਵਿੱਚ ਲਿਆਓ ਅਮੀ ਹੱਥ ਤੇ ਹੱਥ ਨਾਲ ਤਰੇ ਬੈਠੇ ਰਹੋ ਤੁਸੀਂ ਸਚਾਰ ਹੋ ਸਕਦੇ ਹੋ ਇੰਨੀ ਸੰਭਾਵਨਾ ਰੱਖਦੇ ਹੋ ਜੇ ਗੁਰੂ ਜੀ ਕਹਿ ਰਹੇ ਨੇ ਕਿ ਹਾਂ ਸੁਣਿਆ ਮੁਖ ਸਲਾਹਣ ਮੰਦ ਜੇ ਗੁਰੂ ਜੀ ਕਹਿ ਰਹੇ ਨੇ ਤੇ ਫਿਰ ਸੱਚਮੁੱਚ ਮੰਦਾ ਮਨੁਖ ਸਲਾਹਣ ਯੋਗ ਹੋ ਸਕਦਾ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਅਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ ਸੁਣਿਆ ਜੋਗ ਜੁਗਤ ਤਨ ਪੇਦ ਆਮ ਤੌਰ ਤੇ ਕਈ ਵਾਰੀ ਅਰਥ ਕੀਤੇ ਜਾਂਦੇ ਨੇ ਗੁਰੂ ਦੀ ਸੱਚੀ ਸੁਖਿਆ ਸੁਣਨ ਦੇ ਨਾਲ ਜੋਗ ਮਤ ਦੀਆਂ ਜ਼ੁਗਤੀਆਂ ਆ ਜਾਂਦੀਆਂ ਨੇ ਇੱਥੇ ਜੋਗ ਮਤ ਦਾ ਜ਼ਿਕਰ ਨਹੀਂ ਹੈ ਜੋਗ ਦਾ ਮਤਲਬ ਹੁੰਦਾ ਹੈ ਮਿਲਾਪ ਜ਼ੁਗਤ ਮੈਨੇ ਤਰੀਕਾ ਮਿਲਾਪ ਦੀ ਜ਼ੁਗਤੀ ਪਤਾ ਲੱਗ ਜਾਂਦੀ ਹੈ ਕਿ ਰੱਬੀ ਮਿਲਾਪ ਕਿਵੇਂ ਹੋ ਸਕਦਾ ਹੈ ਹੁਕਮ ਰਜ਼ਾਈ ਚੱਲਣਾ ਆ ਤਰੀਕਾ ਰੱਬੀ ਮਿਲਾਪ ਦਾ ਮਨ ਬਚਨ ਕਰਮ ਚ ਇੱਕ ਸਾਰਤਾ ਆ ਜਾਏ ਰੱਬੀ ਮਿਲਾਪ ਹੈ ਸ਼ੁਭ ਗੁਣ ਜ਼ਿੰਦਗੀ ਚ ਪ੍ਰਗਟ ਹੋ ਜਾਣ ਰੱਬੀ ਮਿਲਾਪ ਹੈ ਮੰਤੇ ਮੁਖ ਸੱਚਾ ਹੋ ਜਾਏ ਤੇ ਰੱਬੀ ਮਿਲਾਪ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪਿਖੈ ਕਿਸ ਬਿਨ ਕੋਇ ਇੱਕ ਰੱਬ ਤੋਂ ਬਿਨਾ ਦੂਜੋ ਚ ਫਰ ਦੇਖਦਾ ਹੀ ਕਿਸੇ ਨੂੰ ਨਹੀਂ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਮਿਲਾਪ ਦਾ ਤਰੀਕਾ ਪਤਾ ਲੱਗ ਜਾਂਦਾ ਹੈ ਸੁਣਿਆ ਜੋਗ ਜੁਗਤ ਤਨ ਭੇਦ ਰੱਬ ਦੇ ਮਿਲਾਪ ਦਾ ਤਰੀਕਾ ਆ ਜਾਂਦਾ ਹੈ ਤਨ ਦੇ ਭੇਦ ਪਤਾ ਲੱਗ ਜਾਂਦੇ ਨੇ ਤਨ ਮੈਨੇ ਸਰੀਰ ਸਰੀਰ ਦੇ ਭੇਤ ਪਤਾ ਲੱਗ ਜਾਂਦੇ ਨੇ ਇਸ ਸਰੀਰ ਨਾਲ ਮੈਂ ਕਰਨਾ ਕੀ ਹੈ ਇਹ ਇਹਨਾਂ ਅੱਖਾਂ ਨਾਲ ਮੈਂ ਕੀ ਕਰਨਾ ਹੈ ਇਹਨਾਂ ਕੰਨਾਂ ਨਾਲ ਮੈਂ ਕੀ ਕਰਨਾ ਹੈ ਹੱਥ ਮੈਨੂੰ ਕਿਉਂ ਮਿਲੇ ਨੇ ਪੈਰਾਂ ਨੂੰ ਕਿਵੇਂ ਸਫਲ ਕਰਨਾ ਹੈ ਜ਼ੁਬਾਨ ਨੂੰ ਕਿਵੇਂ ਸਫਲਾ ਕਰਨਾ ਹੈ ਸਰੀਰ ਦੀ ਵਰਤੋਂ ਦੇ ਭੇਦ ਆ ਜਾਂਦੇ ਨੇ ਗੁਰੂ ਦੀ ਸੱਚੀ ਸਿੱਖਿਆ ਦੱਸ ਦਿੰਦੀ ਹੈ ਕਿ ਕੰਨਾਂ ਦੇ ਨਾਲ ਸੱਚ ਸੁਣੀ ਇਸ ਸਰਵ ਨੂੰ ਮੇਰੇ ਹੋ ਸੱਚ ਹੈ ਸੁਣਨ ਨੂੰ ਪਠਾਏ ਅੱਖਾਂ ਦੇ ਨਾਲ ਸਾਰਿਆਂ ਚ ਰੱਬ ਦੇਖ ਲਈ ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਤਰੀ ਹਰਬਿੰ ਅਵਰ ਨਾ ਦੇਖੋ ਕੋਈ ਪੈਰਾਂ ਦਾ ਪਤਾ ਲੱਗ ਜਾਂਦਾ ਕੀ ਕਰਨਾ ਹੈ ਇਹਨਾਂ ਪੈਰਾਂ ਨਾਲ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰਬਿੰ ਜ਼ੁਬਾਨ ਦਾ ਪਤਾ ਲੱਗ ਜਾਂਦਾ ਕੀ ਕਰਨਾ ਹੈ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੈ ਜੀਓ ਜ਼ੁਬਾਨ ਨਾਲ ਬੋਲਣ ਦੀ ਜਾਂਚ ਆ ਜਾਂਦੀ ਹੈ ਅੱਖਾਂ ਨਾਲ ਦੇਖਣਾ ਆ ਜਾਂਦਾ ਹੈ ਮਨੁੱਖ ਹੱਥਾਂ ਨਾਲ ਕਰਮ ਕਰਨੇ ਸਿੱਖ ਜਾਂਦਾ ਹੈ ਤਾਂ ਦੇ ਭੇਦ ਪਤਾ ਲੱਗ ਜਾਂਦੇ ਨੇ ਇਸ ਤਨ ਨੂੰ ਵਰਤਨਾ ਕਿਵੇਂ ਹੈ ਇਸ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ ਹੈ ਬੱਚਾ ਜਿਹੜਾ ਹੈ 1-2 ਸਾਲ ਦੀ ਉਮਰ ਚ ਬੋਲਣਾ ਤੇ ਸਿੱਖ ਜਾਂਦਾ ਹੈ ਪਰ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਇਸ ਗੱਲ ਨੂੰ ਸਿੱਖਣ ਵਾਸਤੇ ਕਈ ਵਾਰੀ ਉਮਰ ਗੁਜ਼ਰ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ ਹੈ 80-ਸੀ ਸਾਲ ਦੇ ਬਜ਼ੁਰਗਾਂ ਨੂੰ ਗੱਲਾਂ ਕਰਦੇ ਆ ਸੁਣਿਆ ਪਰ ਪਤਾ ਹੀ ਨਹੀਂ ਕੀ ਬੋਲਣਾ ਹੈ ਇੰਨੀ ਉਮਰ ਵਿੱਚ ਵੀ ਝੂਠ ਬੋਲ ਰਹੇ ਨੇ ਨਿੰਦਿਆ ਚੁਗਲੀ ਕਰ ਰਹੇ ਨੇ ਗਾਲਾਂ ਕੱਢ ਰਹੇ ਨੇ ਇਨੀ ਉਮਰ ਦੇ ਵਿੱਚ ਵੀ ਉਹ ਸਾਰਾ ਕੁਝ ਕਰ ਰਹੇ ਨੇ ਇੱਕ ਦੋ ਸਾਲ ਦੀ ਉਮਰ ਵਿੱਚ ਬੱਚਾ ਸਿੱਖ ਜਾਂਦਾ ਹੈ ਕਿ ਕਿਵੇਂ ਬੋਲਣਾ ਹੈ ਪਰ ਕੀ ਬੋਲਣਾ ਹੈ ਇਸ ਗੱਲ ਨੂੰ ਸਿੱਖਣ ਲਈ ਉਮਰਾਂ ਗੁਜ਼ਰ ਜਾਂਦੀਆਂ ਨੇ ਇਸ ਕਰਕੇ ਬਜ਼ੁਰਗੀ ਦਾ ਸੰਬੰਧ ਉਮਰ ਨਾਲ ਨਹੀਂ ਹੈ ਬਜ਼ੁਰਗੀ ਵਾ ਅਕਲ ਅਸਤ ਨਾ ਕਿ ਬਾਸਾਲ ਤਵੰਗਰੀ ਬਾ ਦਿਲ ਅਸਤ ਨਾ ਕਿ ਬਾ ਮਾਲ ਬਜ਼ੁਰਗੀ ਦਾ ਸਬੰਧ ਅਕਲ ਦੇ ਨਾਲ ਹੈ ਸਾਲਾਂ ਨਾਲ ਨਹੀਂ ਕਿ ਇਹਦੀ 80 ਸਾਲ ਉਮਰ ਹੋ ਗਈ ਹੁਣ ਬਜ਼ੁਰਗ ਬਜ਼ੁਰਗ ਮਨੇ ਸਿਆਣਾ ਅਕਲਮੰਦ ਉਹਦਾ ਸਬੰਧ ਅਕਲ ਦੇ ਨਾਲ ਹੈ ਕਈ ਵਾਰੀ ਬਜ਼ੁਰਗਾਂ ਨੂੰ ਸੁਣਦਿਆਂ ਦੇਖਦਾਂ ਲੱਗਦਾ ਹੈ ਅਜੇ ਸਿਰਫ 8-10 ਸਾਲ ਦੇ ਬੱਚੇ ਹੀ ਬੈਠੇ ਨੇ ਪਤਾ ਹੀ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਜੋ ਮੂੰਹ ਚਾਇਆ ਬੋਲ ਜਾਂਦੇ ਨੇ ਤੇ ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਹੈ ਬੱਚੇ ਖੇਡਦੇ ਹੋਣ ਕਦੀ ਕਦੀ ਕਿਸੇ ਬੱਚੇ ਵਿੱਚੋਂ ਕੋਈ ਬਜ਼ੁਰਗ ਨਜ਼ਰ ਆ ਜਾਂਦਾ ਹੈ ਇੰਨੀ ਸਿਆਣੀ ਗੱਲ ਕਰ ਜਾਂਦਾ ਹੈ ਬੱਚਾ ਬਜ਼ੁਰਗੀ ਦਾ ਸਬੰਧ ਅਕਲ ਨਾਲ ਹੈ ਅਮੀਰੀ ਦਾ ਸਬੰਧ ਪੈਸੇ ਨਾਲ ਨਹੀਂ ਦਿਲ ਦੇ ਨਾਲ ਹੈ ਦਿਲ ਦਾ ਕਿੰਨਾ ਅਮੀਰ ਹੈ ਲੱਖਾਂ ਕਰੋੜਾ ਕਮਾ ਕੇ ਕਿਸੇ ਗਰੀਬ ਨੂੰ ਕਿਰਪਿਆ ਨਾ ਦੇ ਸਕੇ ਉਹ ਗਰੀਬ ਹੈ ਤੇ ਜਿਹਦਾ ਆਪਣਾ ਘਰ ਖਾਲੀ ਹੋਵੇ ਕਿਸੇ ਨੂੰ ਵੰਡ ਰਿਹਾ ਹੋਵੇ ਉਹਦੇ ਵਰਗਾ ਅਮੀਰ ਕੌਣ ਤਮੰਗਰੀ ਮੈਨੇ ਅਮੀਰੀ ਤਵੰਗਰੀ ਬਾ ਦਿਲ ਅਸਤ ਨਾ ਕੇ ਬਾ ਮਾਲ ਅਮੀਰੀ ਦਾ ਸਬੰਧ ਮਾਲ ਤਨ ਨਾਲ ਨਹੀਂ ਦਿਲ ਦੀ ਅਮੀਰੀ ਨਾਲ ਹੈ ਦਿਲ ਕਿੰਨਾ ਵੱਡਾ ਹੈ ਬਜ਼ੁਰਗੀ ਦਾ ਸਵੰਮ ਅਕਲ ਦੇ ਨਾਲ ਹੈ ਮੈਂ ਦੇਖਦਾ ਦਾਦੀਆਂ ਵਹਿਮ ਪਰਮਾਂ ਚ ਫਸੀਆਂ ਹੋਈਆਂ ਨੇ ਵੀਰਵਾਰ ਨੂੰ ਸਿਰ ਨਹੀਂ ਤੋਣਾ ਸ਼ੁੱਕਰਵਾਰ ਨੂੰ ਰੋਟੀ ਨਹੀਂ ਖਾਣੀ ਸ਼ਨੀਵਾਰ ਨੂੰ ਗਹਿਣੀ ਨਹੀਂ ਲੈਣੇ ਐਤਵਾਰ ਨੂੰ ਸੋਨਾ ਨਹੀਂ ਸੋਮਵਾਰ ਨੂੰ ਆਹ ਨਹੀਂ ਕਰਨਾ ਪਰ ਜਦੋਂ ਪੋਤੀਆਂ ਨੂੰ ਦੇਖਦਾ ਉਹ ਕਹਿ ਦਿੰਦੇ ਦਾਦੀ ਛੱਡ ਪਰੈਨਾ ਵਹਿਮ ਪਰਮਾਂ ਨੂੰ ਲੰਘਿਓ ਜਮਾਨੇ ਹੁਣ ਤੇ ਥੋੜੀ ਜੀ ਅਕਲ ਦੀ ਵਰਤੋਂ ਕਰ ਲਓ ਉੱਥੇ ਦਾਦੀਆਂ ਬੱਚੇ ਲੱਗਦੀਆਂ ਨੇ ਪੋਤੀਆਂ ਬਜ਼ੁਰਗ ਨਜ਼ਰ ਆਉਂਦੀਆਂ ਨੇ ਉਮਰ ਦਾ ਸਵੰਦ ਅਕਲ ਦੇ ਨਾਲ ਨਹੀਂ ਹੈ ਇਸ ਕਰਕੇ ਤਨ ਦੇ ਭੇਦ ਪਤਾ ਲੱਗ ਜਾਂਦੇ ਨੇ ਸ ਤਾਂ ਨੂੰ ਜ਼ੁਬਾਨ ਨੂੰ ਵਰਤਨਾ ਕਿਵੇਂ ਹੈ ਇਹਦੀ ਵਰਤੋਂ ਕਿਵੇਂ ਕਰਨੀ ਹੈ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਸਮਝ ਆ ਜਾਂਦੀ ਹੈ ਦੁਨੀਆ ਦਾ ਸਭ ਤੋਂ ਵੱਡਾ ਧਰਮ ਕਿਹੜਾ ਹੈ ਇਸ ਜਗਤ ਦਾ ਸਭ ਤੋਂ ਵੱਡਾ ਧਰਮ ਹੈ ਇਸ ਜ਼ੁਬਾਨ ਨੂੰ ਕਾਬੂ ਚ ਰੱਖਣਾ ਜਿਹੜਾ ਬਹੁਤ ਔਖਾ ਕੰਮ ਹੈ ਇਹ ਛੋਟਾ ਜਿਹਾ ਮਾਸ ਦਾ ਟੁਕੜਾ ਮੂੰਹ ਵਿੱਚ ਇਹਦੇ 'ਚ ਹੱਡੀ ਕੋਈ ਨਹੀਂ ਹੁੰਦੀ ਪਰ ਤਕੜੀ ਇੰਨੀ ਹੈ ਕਈਆਂ ਦੀਆਂ ਹੱਡੀਆਂ ਤੋੜ ਸਕਦੀ ਹੈ ਇਸ ਜ਼बान ਨੂੰ ਭਾਵੇਂ ਤੁਸੀਂ ਤਲਵਾਰ ਬਣਾ ਕੇ ਕਿਸੇ ਦੇ ਦਿਲ ਨੂੰ ਚੀਰਦੇ ਚਲੇ ਜਾਓ ਤੁਹਾਡੇ ਹੱਥ ਵਿੱਚ ਹੈ ਚਾਹੇ ਇਸ ਜ਼बान ਨੂੰ ਮਲਮ ਬਣਾ ਕੇ ਕਿਸੇ ਨੂੰ ਖੁਸ਼ੀ ਦਿੰਦੇ ਜਾਓ ਇਹ ਤੁਹਾਡੇ ਹੱਥ ਵਿੱਚ ਹੈ ਜ਼बान ਦੀ ਵਰਤੋਂ ਕਰਨੀ ਆ ਜਾਂਦੀ ਹੈ ਮੈਂ ਜੀਵਨ ਨੂੰ ਵਰਤਣਾ ਕਿਵੇਂ ਹੈ ਬੋਲਣਾ ਕਿਵੇਂ ਹੈ ਯਾਦ ਰੱਖਿਓ ਸ਼ਬਦਾਂ ਦੇ ਆਪਣੇ ਟੇਸਟ ਹੁੰਦੇ ਨੇ ਜਿਹੜੇ ਸ਼ਬਦ ਬੋਲਣ ਲੱਗਿਆਂ ਮੈਨੂੰ ਕੌੜੇ ਲੱਗਣ ਇਹਦਾ ਮਤਲਬ ਜਿਹਦੇ ਅੱਗੇ ਮੈਂ ਪਰੋਸਾਂਗਾ ਉਹਨੇ ਵੀ ਕੌੜੇ ਲੱਗਣਗੇ ਮੈਂ ਨਾ ਹੀ ਅੱਗੇ ਕਰਾਂ ਡਿਲੀਵਰ ਨਾ ਹੀ ਉਹ ਸ਼ਬਦ ਅੱਗੇ ਪੇਜਾਂ ਜਿਹੜੇ ਸ਼ਬਦ ਬੋਲਦਿਆਂ ਮੈਨੂੰ ਕੌੜੇ ਲੱਗ ਰਹੇ ਨੇ ਦੂਸਰੇ ਨੂੰ ਵੀ ਕੌੜੇ ਲੱਗਣਗੇ ਸ਼ਬਦਾਂ ਦੇ ਟੇਸਟ ਹੁੰਦੇ ਨੇ ਇੱਕ ਵਾਰ ਚੱਖ ਕੇ ਦੇਖ ਲਵਾਂ ਬੋਲਣ ਤੋਂ ਪਹਿਲਾਂ ਟੇਸਟ ਕਰ ਲਵਾਂ ਜਿਹੜਾ ਸ਼ਬਦ ਮੈਨੂੰ ਬੋਲਦਿਆਂ ਮਿੱਠਾ ਲੱਗਦਾ ਉਹ ਮੈਂ ਅੱਗੇ ਪੁਚਾ ਦਿਆਂ ਦੂਜੇ ਨੂੰ ਵੀ ਮਿੱਠਾ ਲੱਗੇਗਾ ਉਹਨੂੰ ਵੀ ਖੁਸ਼ੀ ਮਿਲੇਗੀ ਸਾਨੂੰ ਦੇਖਦੇ ਪਤਾ ਲੱਗ ਜਾਂਦੇ ਨੇ ਅੱਖਾਂ ਨਾਲ ਕਿਵੇਂ ਦੇਖਣਾ ਹੈ ਸਾਡਾ ਤੇ ਦੇਖਣਾ ਵੀ ਦੋਰਾ ਹੈ ਸੁਣਨਾ ਵੀ ਦੋਰਾ ਹੈ ਬੋਲਣਾ ਵੀ ਦੋਰਾ ਹੈ ਦੋਰੀ ਤੇ ਜ਼ਿੰਦਗੀ ਜੀ ਰਹਿਆ ਸੀ ਡਬਲ ਡਬਲ ਸਾਡੇ ਫੇਸ ਨੇ ਦੋਰੇ ਸਾਡੇ ਚਿਹਰੇ ਨੇ ਆਪਣੀ ਧੀ ਪੰਨੂ ਅਸੀਂ ਕਿਸੇ ਹੋਰ ਨਜ਼ਰ ਨਾਲ ਦੇਖਦੇ ਆਂ ਦੂਜੇ ਦੀ ਧੀ ਪੰਨੂ ਕਿਸੇ ਹੋਰ ਨਜ਼ਰ ਨਾਲ ਦੇਖਦੇ ਆਂ ਦੇਖਣਾ ਦੋਰਾ ਹੈ ਸਾਡਾ ਸਾਡਾ ਬੋਲਣਾ ਦੋਰਾ ਹੈ ਆਪਣੇ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਬੋਲਦੇ ਆਂ ਗਵੰਡੀ ਦੇ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਬੋਲਦੇ ਹਾਂ ਸਾਡੇ ਕਰਮ ਦੋਰੇ ਨੇ ਆਪਣੇ ਬੱਚੇ ਵਾਸਤੇ ਤੇ ਦੇਸੀ ਘਿਓ ਦੇ ਚੋਪੜ ਕੇ ਪਰੌਂਠੇ ਤਿਆਰ ਕਰੀ ਦੇਨੇ ਤੇ ਜੇ ਇਹਹੀ ਪ੍ਰਸ਼ਾਦੇ ਲੰਗਰ ਚ ਪਕਾਣੇ ਪੈ ਜਾਣ ਭਾਵੇਂ ਕੱਚੇ ਨੇ ਭਾਵੇਂ ਸੜੇ ਨੇ ਚੱਲੀ ਜਾਂਦੇ ਨੇ ਸਾਡਾ ਕਰਨਾ ਵੀ ਦੋਰ ਹੈ ਆਪਣੇ ਨਾਲ ਸਾਡਾ ਹੋਰ ਤਰੀਕਾ ਹੈ ਦੂਜਿਆਂ ਨਾਲ ਸਾਡਾ ਹੋਰ ਤਰੀਕਾ ਹੈ ਤਨ ਦੇ ਭੇਤ ਪਤਾ ਲੱਗ ਜਾਂਦੇ ਨੇ ਹੱਥਾਂ ਨਾਲ ਮੈਂ ਕੀ ਕਰਨਾ ਹੈ ਕੰਨਾਂ ਨਾਲ ਕੀ ਸੁਣਨਾ ਹੈ ਜ਼ੁਬਾਨ ਨਾਲ ਕੀ ਬੋਲਣਾ ਹੈ ਅੱਖਾਂ ਨਾਲ ਕੀ ਦੇਖਣਾ ਹੈ ਪੈਰਾਂ ਨਾਲ ਕਿਸ ਪਾਸੇ ਜਾਣਾ ਹੈ ਸੋਚ ਬਦਲ ਜਾਂਦੀ ਹੈ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਕਿ ਹਿਰਦੇ ਚ ਰੱਬ ਚੇਤੇ ਕਰੀ ਅੱਖਾਂ ਨਾਲ ਗੁਰੂ ਦੇ ਰੱਬ ਦੇ ਦਰਸ਼ਨ ਕਰੀ ਕੰਨਾਂ ਨਾਲ ਬਾਣੀ ਸੁਣੀ ਜ਼ੁਬਾਨ ਨਾਲ ਬਾਣੀ ਬੋਲੀ ਆਤ ਨੂੰ ਤਨ ਦਾ ਭੇਦ ਦੇ ਦੇਆ ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰ ਨਾਉ ਨਿਤਨੀ ਸਤਗੁਰੂ ਪੇਖਣਾ ਸਰਬਣੀ ਸੁਣਨਾ ਗੁਰ ਨਾਉ ਸਤਗੁਰੂ ਸੇਤੀ ਰਤਿਆਂ ਦਰਗਾਹ ਪਈ ਠਾਂ ਤੂੰ ਰੱਬ ਵਰਗਾ ਹੋ ਜਾਏਗਾ ਸੁਣਿਆ ਜੋਗ ਜੁਗਤ ਤਨ ਪੇਤ ਭਾਵ ਜ਼ਿੰਦਗੀ ਦੇ ਵਿੱਚ ਸਰੀਰ ਦਾ ਪੇਤ ਪਤਾਲ ਲੱਗ ਜਾਂਦਾ ਹੈ ਸਰੀਰ ਦੀ ਜ਼ਬਾਨ ਦੀ ਵਰਤੋਂ ਕਿਵੇਂ ਕਰਨੀ ਹੈ ਕੋਈ ਆਦਮੀ ਆਖਦਾ ਲੜਾਕੂ ਸੀ ਝਗੜਾਲੂ ਸੀ ਕਰੋਧੀ ਸੀ ਆਖਦਾ ਮੈਂ ਨਹੀਂ ਰਹਿਣਾ ਕਰਜ ਕਰਨ ਲਈ ਚਲਾ ਜਾ ਤੁਰਪਿਆ ਤੁਰਦਿਆਂ ਤੁਰਦਿਆਂ ਕਿਸੇ ਦੂਰ ਪਿੰਡ ਪਹੁੰਚ ਗਿਆ ਰਸਤੇ 'ਚ ਭੁੱਖ ਲੱਗੀ ਉਹਨੇ ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾਇਆ ਭੁੱਖ ਭੜੀ ਲੱਗੀ ਐ ਨਾਲ ਥੋੜੇ ਜਿਹਾ ਚਾਵਲ ਲੈਲੇ ਸਨ ਕਹਿਣ ਲੱਗਾ ਥੋੜੇ ਚਾਵਲ ਬਣਾ ਦਿਓ ਉਹ ਜਿਹੜੀ ਘਰ ਦੀ ਸਵਾਣੀ ਸੀ ਉਹਨੇ ਚਾਵਲ ਤਰ ਦਿੱਤੇ ਨਾਲ ਚੌਂਕੀ 'ਚ ਬੈਠ ਗਿਆ ਤੇ ਬੈਠਿਆਂ-ਬੈਠਿਆਂ ਆਖਦੇ ਮਾਤਾ ਆ ਤੇਰੀ ਮੱਝ ਬੜੀ ਤਗੜੀ ਐ ਕਹਿੰ ਲਗੀ ਹਾਂ ਪੱਠੇ ਪਰੋਂ ਪਰ ਪੂਰੇ ਪਾਈਦੇ ਨੇ ਕਹਿੰਨ ਲੱਗਾ ਜੀ ਮਰ ਗਈ ਤੇ ਦਰਵਾਜ਼ਾ ਬੜਾ ਛੋਟੇ ਬਾਹਰ ਕੱਢੀ ਨਹੀਂ ਜਾਣੀ ਉਹ ਕਹਿੰਨ ਲੱਗੀ ਤੇ ਆਪਣੇ ਮੂੰਹ ਸਿਮਾਲ ਕੇ ਗੱਲ ਕਰ ਕਿਉਂ ਜੀ ਗੱਲ ਕਰ ਰਿਹਾ ਤੂੰ ਛੁੱਪ ਕਰ ਗਿਆ ਚਾਵਲ ਬਣ ਰਹੇ ਨੇ ਉਹ ਮਾਤਾ ਸੋਚਦੀ ਕਦੋਂ ਮਗਰੋਂ ਲੱਥੇ ਤੈਨੂੰ ਭੇਜਾਂ ਇਹਨੇ ਨੂੰ ਕਮਰੇ ਚੋਂ ਦੀ ਨੂੰ ਬਾਹਰ ਆਈ ਕਹਿੰਨ ਲੱਗਾ ਮਾਤਾ ਇਹ ਕੌਣ ਹੈ ਕਹਿੰਨ ਲੱਗੀ ਮੇਰੀ ਨੂੰ ਹੈ ਕਹਿੰਨ ਲੱਗਾ ਮਾਤਾ ਤੇਰਾ ਪੁੱਤਰ ਕਿੱਥੇ ਹੈ ਕਹਿੰਨ ਲੱਗੀ ਫੌਜ ਵਿੱਚ ਹੈ ਉਹ ਕਹਿੰਨ ਲੱਗਾ ਮਾਤਾ ਜੇ ਫੌਜ ਵਿੱਚ ਤੇਰੇ ਪੁੱਤਰ ਨੂੰ ਗੋਲੀ ਲੱਗ ਜਾਏ ਤੇਰਾ ਪੁੱਤਰ ਮਰ ਜਾਏ ਤੂੰ ਨੂੰ ਦਾ ਕੀ ਕਰੇਂਗੀ ਉਨੇ ਕਹੇ ਮਰ ਜਾਣੇ ਆਪਣੀ ਝੋਲੀ ਕਰ ਅੱਗੇ ਉਹ ਜੇ ਚਾਵਲ ਬਣੇ ਨਹੀਂ ਸੀ ਅੱਧੇ ਕੱਚੇ ਪਾਣੀ ਸਮੇਤ ਝੋਲੀ ਚ ਉਲਟ ਦਿੱਤੇ ਕਹਿੰਨ ਲੱਗੀ ਲੈ ਕੇ ਤੁਰਦਾ ਬਣੇ ਤੋਂ ਹੁਣ ਤੁਰਿਆ ਜਾਂਦਾ ਨਾਲ ਚੋਲਾਂ ਦੀ ਕੱਚੇ ਚੋਲਾਂ ਦੀ ਪਿਛ ਚੁੰਦੀ ਜਾਂਦੀ ਕਿਸੇ ਨੇ ਪੁੱਛ ਲਿਆ ਸੱਜਣਾ ਇਹ ਕੀ ਚੋਰੀਆ ਕਹਿੰਨ ਲੱਗਾ ਪੁੱਛ ਨਾ ਮੇਰੀ ਜ਼ੁਬਾਨ ਦਾ ਰਸ ਚੋਰੀਆ ਹੈ ਪਤਾ ਨਹੀਂ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ ਮਿਲ ਗਈ ਹੈ ਪਰ ਪਤਾ ਨਹੀਂ ਵਰਤਨਾ ਕਿਵੇਂ ਹੈ ਅੱਖਾਂ ਮਿਲ ਗਈਆਂ ਨੇ ਪਰ ਪਤਾ ਨਹੀਂ ਵਰਤਨੀਆਂ ਕਿਵੇਂ ਨੇ ਦੇਖਣਾ ਕੀ ਹੈ ਤੇ ਕੀ ਨਹੀਂ ਦੇਖਣਾ ਕੰਨ ਮਿਲ ਗਏ ਨੇ ਪਤਾ ਨਹੀਂ ਵਰਤਨੇ ਕਿਵੇਂ ਨੇ ਇਹਦੇ ਨਾਲ ਨਿੰਦਿਆ ਚੁਗਲੀ ਝੋਟ ਦੀ ਗੰਦਗੀ ਸੁਣ ਕੇ ਆਪਣੇ ਜੀਵਨ ਚ ਪਹੁੰਚਾਣੀ ਹੈ ਜਾਂ ਸੱਚ ਨੂੰ ਸੁਣ ਕੇ ਆਪਣੇ ਅੰਦਰ ਸੱਚ ਲੈ ਕੇ ਆਉਣੇ ਪਤਾ ਨਹੀਂ ਹੈ ਪਰ ਜਦੋਂ ਕਿ ਗੁਰੂ ਦੀ ਸੱਚੀ ਸਿੱਖਿਆ ਸੁਣ ਲੈਂਦਾ ਹੈ ਕੰਨਾਂ ਦੇ ਨਾਲ ਹੀ ਸੱਚ ਅੰਦਰ ਚਲਾ ਜਾਂਦਾ ਹੈ ਤਨ ਦੇ ਭੇਤ ਪਤਾ ਲੱਗ ਜਾਂਦੇ ਨੇ ਸਮਝ ਪੈ ਜਾਂਦੀ ਹੈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਨਾਲ ਜ਼ਿੰਦਗੀ ਜਿਉਣ ਦੀ ਜੁਗਤੀ ਆ ਜਾਂਦੀ ਹੈ ਰੱਬ ਦੇ ਮਲਾਪ ਦੀ ਜੁਗਤੀ ਪਤਾ ਲੱਗ ਜਾਂਦੀ ਹੈ ਤਨ ਦੇ ਅੰਗਾਂ ਦੀ ਵਰਤੋਂ ਦੇ ਭੇਦ ਪਤਾ ਲੱਗ ਜਾਂਦੇ ਨੇ ਸੁਣਿਆ ਯੋਗ ਜੁਗਤ ਗੁਰੂ ਦੀ ਸੱਚੀ ਸੁੱਖਿਆ ਸੁਣਨ ਦੇ ਨਾਲ ਰੱਬੀ ਮਲਾਪ ਦੀ ਜੁਗਤੀ ਮਿਲ ਜਾਂਦੀ ਹੈ ਤਨ ਪੇਦ ਤਨ ਦੇ ਸਰੀਰ ਦੇ ਭੇਦ ਪਤਾ ਲੱਗ ਜਾਂਦੇ ਨੇ ਇਸ ਸਰੀਰ ਨੂੰ ਵਰਤਣਾ ਕਿਵੇਂ ਹੈ ਸੁਣਿਆ ਸ਼ਾਸਤ ਸਿਮਰਤ ਵੇ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਮਝ ਪੈ ਜਾਂਦੀ ਹੈ ਸ਼ਾਸਤਰਾਂ ਵਿੱਚ ਕੀ ਹੈ ਸਿਮਰਤਿਆਂ ਵਿੱਚ ਕੀ ਹੈ ਵੇਦਾਂ ਵਿੱਚ ਕੀ ਹੈ ਬਾਣੀ ਨੂੰ ਵਿਚਾਰ ਕੇ ਦੇਖੋ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਉਹਨਾਂ ਪਾਪ ਪੁੰਨ ਦੀ ਵਿਚਾਰ ਕੀਤੀ ਆਹ ਕੰਮ ਕਰੂੰਗੇ ਪੁੰਨ ਹੈ ਆਹ ਕੰਮ ਕਰੂੰਗੇ ਪਾਪ ਹੈ ਜੀਵ ਇਸ ਪਾਪ ਪੁੰਨ ਵਿੱਚ ਫਸ ਕੇ ਰਹਿ ਗਿਆ ਇਹਨਾਂ ਕਰਮਾਂ ਵਿੱਚ ਫਸ ਕੇ ਰਹਿ ਗਿਆ ਜੀਵ ਉਦਾਹਰਨ ਦੇ ਤੌਰ ਤੇ ਕਿਸੇ ਨੇ ਕਹਿ ਦਿੱਤਾ ਕਿ ਜੀਵ ਹਤਿਆ ਪਾਪ ਹੈ ਹੁਣ ਮੇਰੀ ਮੱਝ ਨੂੰ ਕੀੜੇ ਪੈ ਗਏ ਮੈਂ ਕੀੜੇ ਮਾਰਦਾ ਤੇ ਮੈਨੂੰ ਪਾਪ ਲੱਗਦਾ ਮੈਂ ਕੀੜੇ ਨਹੀਂ ਮਾਰਦਾ ਮੱਝ ਮਰਦੀ ਤਾਂ ਪਾਪ ਲੱਗਦਾ ਕਿੱਧਰ ਜਾਵਾਂ ਮੈਂ ਮੇਰੇ ਘਰ ਵਿੱਚ ਚੂਹੇ ਕੋਕਰੋਚ ਟਿੱਡੀਆਂ ਮੱਛਰ ਖਟਮਨ ਆ ਗਏ ਜੇ ਇਹਨਾਂ ਨੂੰ ਮਾਰਦਾ ਹਾਂ ਤੇ ਪਾਪ ਲੱਗਦਾ ਨਹੀਂ ਮਾਰਦਾ ਮੇਰੇ ਬੱਚੇ ਬਿਮਾਰ ਹੋ ਕੇ ਮਰਦੇ ਨੇ ਪਾਪ ਲੱਗਦਾ ਕਿੱਧਰ ਜਾਵਾਂ ਮੈਨੂੰ ਬੁਖਾਰ ਹੋ ਗਿਆ ਮੇਰੇ ਅੰਦਰ ਕੋਈ ਵਾਇਰਸ ਚਲਾ ਗਿਆ ਮੈਂ ਦਵਾਈ ਖਾਣਾ ਉਹ ਮੇਰੇ ਬੈਕਟੀਰੀਆ ਉਹ ਮੇਰੇ ਵਾਇਰਸ ਮਰਦੇ ਨੇ ਤੇ ਪਾਪ ਲੱਗਦਾ ਨਹੀਂ ਮਾਰਦਾ ਤੇ ਮੈਂ ਮਰਦਾ ਪਾਪ ਲੱਗਦਾ ਹੈ ਮੇਰੀਆਂ ਫਸਲਾਂ ਨੂੰ ਕੀੜੇ ਪੈ ਗਏ ਮੈਂ ਕੀਟਨਾਸ਼ਕ ਦਵਾਈਆਂ ਦਾ ਛੜਕਾਅ ਕਰਦਾ ਕੀੜੇ ਮਰਨਗੇ ਤੇ ਪਾਪ ਲੱਗੇਗਾ ਜਿਵੇਂ ਦਵਾਈਆਂ ਦਾ ਛੜਕਾਅ ਨਹੀਂ ਕਰਦਾ ਫਸਲਾਂ ਮਰਨਗੀਆਂ ਤਾਂ ਪਾਪ ਲੱਗਦਾ ਹੈ ਲੋਕ ਭੁੱਖੇ ਮਰਨਗੇ ਤਾਂ ਪਾਪ ਲੱਗਦਾ ਕਿੱਧਰ ਜਾਵਾਂ ਜੀਵ ਪਾਪ ਪੁੰਨ ਦੇ ਚੱਕਰ ਵਿੱਚ ਉਲਝ ਕੇ ਰਹਿ ਗਿਆ ਤਾਂ ਹੀ ਗੁਰੂ ਜੀ ਨੇ ਕਹਿ ਦਿੱਤਾ ਬਾਣੀ ਦੇ ਵਿੱਚ ਕਿ ਸਾਡੇ ਲਈ ਪਾਪ ਪੁੰਨ ਕਹਾਣੀਆਂ ਤੋਂ ਵੱਧ ਕੁਝ ਨਹੀਂ ਹਨ ਪਾਪ ਪੁੰਨ ਤੈ ਭਈ ਕਹਾਵਤ ਕੋਉ ਨਰਕ ਕੋਉ ਸੁਰਗ ਬੰਛਾਵਤ ਪਾਪ ਕੀਤਾ ਤੇ ਨਰਕ ਮਿਲ ਜਾਣਗੇ ਪੁੰਨ ਕਰਾਂਗੇ ਤੇ ਸਵਰਗ ਮਿਲ ਜਾਏਗਾ ਇਸੇ ਚੱਕਰਾਂ ਚ ਉਲਝ ਗਏ ਤੇ ਭਗਤ ਜੀ ਬਾਣੀ ਚਾਖਦੇ ਨੇ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੂ ਗੁਨਾਨ ਪਾਪ ਕੀ ਹੈ ਪੁੰਨ ਕੀ ਹੈ ਉਹ ਗੁਰੂ ਦੇ ਗਿਆਨ ਨਾਲ ਪਤਾ ਚੱਲਦਾ ਹੈ ਗੁਰੂ ਜੀ ਆਖਦੇ ਨੇ ਆ ਤੈਨੂੰ ਦੱਸਾਂ ਪੋਨ ਕਿੜੇ ਤੇ ਪਾਪ ਕਿੜੇ ਜਿਸ ਦਿਨ ਸੱਚ ਦੇ ਬੇਸ ਤੇ ਤੂੰ ਆਪਣੇ ਫਰਜ਼ ਪੂਰੇ ਕਰੇਗਾ ਇਹ ਹੈ ਧਰਮ ਧਰਮ ਕਰਦਿਆਂ ਦੇਰ ਨਾ ਕਰੀ ਨਹਿ ਬਿਲੰਭ ਧਰਮੰ ਬਿਲੰਭ ਮੈਨੇ ਦੇਰ ਧਰਮ ਕਰਦਿਆਂ ਦੇਰ ਨਾ ਕਰੀ ਬਿਲੰਭ ਪਾਪੰ ਇਹਦਾ ਅਰਥ ਕੀਤਾ ਜਾਂਦਾ ਹੈ ਕਿ ਪਾਪ ਕਰਦਿਆਂ ਦੇਰ ਕਰ ਲਈ ਧਰਮ ਕਰਦਿਆਂ ਦੇਰ ਨਾ ਕਰੀ ਪਾਪ ਕਰਦਿਆਂ ਦੇਰ ਕਰ ਲਈ ਮਤਲਬ ਪਾਪ ਕਰ ਲਈ ਅੱਜ ਨਹੀਂ ਤੇ ਕੱਲ ਕਰ ਲਈ ਹੁਣ ਨਹੀਂ ਤੇ ਸ਼ਾਮ ਨੂੰ ਕਰ ਲਈ ਕਰ ਲਈ ਇਹਦਾ ਅਰਥ ਇਹ ਨਹੀਂ ਨਹਿ ਬਿਲੰਭ ਧਰਮੰ ਧਰਮ ਕਰਦਿਆਂ ਦੇਰ ਨਾ ਕਰੀ ਬਿਲੰਭ ਪਾਪੰ ਆ ਜਿਹੜੀ ਦੇਰ ਕਰ ਰਿਆ ਨਾ ਇਹਦਾ ਹੀ ਨਾਮ ਪਾਪ ਹੈ ਜਿਸ ਪਲ ਧਰਮ ਨਹੀਂ ਕਰ ਰਿਆ ਉਹ ਪਲ ਹੀ ਤੇਰਾ ਪਾਪ ਹੈ ਜਿਸ ਪਲ ਸੱਚ ਨਹੀਂ ਬੋਲ ਰਿਆ ਉਹ ਪਲ ਹੀ ਤੇਰਾ ਪਾਪ ਹੈ ਜਿਸ ਪਲ ਸਿਫਤ ਨਹੀਂ ਕਰ ਰਿਆ ਜਿਸ ਪਲ ਦਇਆ ਨਹੀਂ ਕਰ ਰਿਆ ਉਹ ਪਲ ਪਾਪ ਹੀ ਹੈ ਤੇ ਪੁੰਨ ਕਿਹੜਾ ਹੈ ਜਿਸ ਪਲ ਦਇਆ ਦਾ ਗੁਣ ਤੇਰੇ ਅੰਦਰ ਹੈ ਧਰਮ ਦਾ ਗੁਣ ਹੈ ਸਬਰ ਦਾ ਗੁਣ ਹੈ ਉਹ ਪਲ ਤੇਰਾ ਪੁੰਨ ਹੈ ਕਲਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਜਿੱਥੇ ਗੋਬਿੰਦ ਦੇ ਗੁਣਾਂ ਨੂੰ ਗਾ ਕੇ ਵਰਤ ਰਿਆਂ ਜ਼ਿੰਦਗੀ ਚ ਉਹ ਤੇਰਾ ਪਲ ਪੁੰਨ ਹੈ ਸਿਮਰਤਿਆਂ ਸ਼ਾਸਤ੍ਰਾ ਨੇ ਪੁੰਨ ਪਾਪ ਦੀ ਵਿਚਾਰ ਦਿੱਤੀ ਤਾਂ ਹੀ ਗੁਰੂ ਜੀ ਨੇ ਬਾਣੀ ਚ ਕਹਿ ਦਿੱਤਾ ਖਟ ਦਰਸ਼ਨ ਵਰਤੇ ਵਰਤਾਰਾ ਖਟ ਦਰਸ਼ਨ ਮੈਨੇ ਛੇ ਸ਼ਾਸਤ੍ਰਾਂ ਦਾ ਵਰਤਾਰਾ ਪੂਰੀ ਦੁਨੀਆ ਚ ਹੈ ਆ ਕੰਮ ਕਰੋਗੇ ਪੁੰਨ ਐ ਆ ਕੰਮ ਕਰੋਗੇ ਪਾਪ ਗੁਰका ਦਰਸ਼ਨ ਅਗਮ ਅਪਾਰਾ ਪਰ ਗੁਰੂ ਦਾ ਸਿਧਾਂਤ ਸਭ ਤੋਂ ਉੱਚਾ ਹੈ ਗੁਰੂ ਦੀਆਂ ਸਿੱਖਿਆ ਸੁਣ ਕੇ ਪਤਾ ਲੱਗ ਜਾਂਦਾ ਹੈ ਵੇਦਾਂ ਸਿਮਰਤੀਆਂ ਸ਼ਾਸਤਰਾਂ ਦੀ ਸੋਚ ਕੀ ਹੈ ਇਹ ਯੂਨੀਵਰਸਲ ਟਰੂਥ ਦੇ ਬੇਸ ਤੇ ਪੂਰੀਆਂ ਉੱਤਰਦੀਆਂ ਕਿ ਨਹੀਂ ਉੱਤਰਦੀਆਂ ਫਲਾਣੇ ਦੇਵਤੇ ਦਾ ਇੰਨੀ ਵਾਰੀ ਫਲਾਣਾ ਮੰਤਰ ਪੜਨ ਨਾਲ ਫਲਾਣਾ ਸੁਖ ਮਿਲ ਜਾਂਦਾ ਹੈ ਇਹ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਣਿਆ ਸ਼ਾਸਤ ਸਿਮਰਤ ਵੇਦ ਜੇ ਮੀ ਪਾਣੇ ਤੇ ਇੰਦਰ ਦੀ ਪੂਜਾ ਮੌਤ ਤੋਂ ਬਚਣੇ ਸ਼ਿਵ ਦੀ ਪੂਜਾ ਮਾਇਆ ਚਾਹੀਦੀ ਤੇ ਲక్ష్ਮੀ ਦੀ ਪੂਜਾ ਵਿਦਿਆ ਚਾਹੀਦੀ ਤੇ ਸਰਸਵਤੀ ਦੀ ਪੂਜਾ ਇੰਨੇ ਮੰਤਰ ਪੜੋ ਇੰਨੇ ਪਹਿਨਾਵੇ ਇਹੋ ਜੇ ਪਾਓ ਤੇ ਇੰਨੀ ਵਾਰ ਜਾਪ ਕਰੋ ਇਹ ਮਿਲ ਜਾਂਦਾ ਹੈ ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਅਸਲੀਅਤ ਕੀ ਹੈ ਇਹਨਾਂ ਵਿੱਚ ਕੀ ਕੁਝ ਲਿਖਿਆ ਹੈ ਨਾਨਕ ਭਗਤਾ ਸਦਾ ਵਿਗਾਸ ਹੈ ਨਾਨਕ ਤਗ ਜਿਨ੍ਹਾਂ ਦੀ ਜ਼ਿੰਦਗੀ ਚ ਸਦਾ ਹੀ ਵਿਗਾਸ ਹੈ ਖੁਸ਼ੀ ਹੈ ਖੇੜਾ ਹੈ ਅਨੰਦਿਤ ਹੈ ਕਿਉਂ ਕਿਉਂਕਿ ਰੱਬੀ ਗੁਣਾ ਨਾਲ ਜੁੜ ਕੇ ਉਹ ਵਿਕਾਸ ਦੇ ਵਿੱਚ ਆ ਗਏ ਸੱਚ ਨੇ ਉਹਨਾਂ ਨੂੰ ਸਦੀਵੀ ਕਰ ਦਿੱਤਾ ਪ੍ਰੇਮ ਨੇ ਉਹਨਾਂ ਦੇ ਵਿੱਚ ਖੜਾਓ ਪੈਦਾ ਕਰ ਦਿੱਤਾ ਮਿੱਠੀ ਜ਼ੁਬਾਨ ਤੇ ਨਿਮਰਤਾ ਨੇ ਉਹਨਾਂ ਨੂੰ ਮਹਾਨ ਕਰ ਦਿੱਤਾ ਉਹਨਾਂ ਦੀ ਜ਼ਿੰਦਗੀ ਵਿਕਾਸਤਾ ਵਿੱਚ ਆ ਗਈ ਹਰ ਹਾਲਤ ਵਿੱਚ ਖੁਸ਼ ਰਹਿੰਦੇ ਨੇ ਲੋਕ ਸੋਹਣਿਆ ਘਰਾਂ ਕੋਠੀਆਂ ਵਿੱਚ ਖੁਸ਼ ਨਹੀਂ ਰਹਿੰਦੇ ਉਹ ਜੇਲ੍ਹ ਵਿੱਚ ਬੈਠੇ ਵੀ ਅਨੰਦਤ ਨੇ ਉਹ ਤੰਦ ਦੇ ਟੁਕੜੇ ਕਰਾ ਕੇ ਵੀ ਅਨੰਦਤ ਨੇ ਉਰੇਲ ਦੀਆਂ ਪਟੜੀਆਂ 'ਚ ਬੈਠ ਕੇ ਆਪਣੇ ਸਰੀਰ ਦਾ ਚੂਰਾ-ਚੂਰਾ ਕਰਾਂਦੇ ਹੋਏ ਵੀ ਆਨੰਦਤ ਨੇ ਉਬਲ ਦੀ ਦੇਗ ਚ ਉਬਾਲੇ ਖਾਂਦੇ ਵੀ ਆਨੰਦਤ ਨੇ ਹਰ ਸਿਚੁਏਸ਼ਨ ਹਰ ਹਾਲਾਤ ਵਿੱਚ ਉਹ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ ਨਾਨਕ ਤਗਤਾਂ ਸਦਾ ਵਿਗਾਸ ਜਿਹੜੇ ਰੱਬੀ ਗੁਨਾ ਦੇ ਮੁਤਾਬਕ ਜ਼ਿੰਦਗੀ ਜੀਉਂਦੇ ਨੇ ਉਹਨਾਂ ਦਾ ਖੇੜਾ ਉਹਨਾਂ ਦਾ ਆਨੰਦ ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕਦੀ ਸੁਣਿਆ ਦੁੱਖ ਪਾਪ ਦਾ ਨਾਸ਼ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਨੇਕਾਂ ਪਰਮਾਂ ਦਾ ਨਾਸ਼ ਹੋ ਜਾਂਦਾ ਹੈ। ਪਾਪਾਂ ਪੁੰਨਾਂ ਦੇ ਚੱਕਰਾਂ ਤੋਂ ਜੀਵ ਉੱਠ ਜਾਂਦੇ ਹੈ। ਦੇਵੀ ਦੇਵਤਿਆਂ ਦੇ ਵਿਸ਼ਵਾਸ ਤੋਂ ਉੱਚਾ ਉੱਠ ਜਾਂਦਾ ਹੈ। ਜੋਗ ਜੁਗਤ ਦੀ ਥਾਂ ਤੇ ਰੱਬੀ ਮਿਲਾਪ ਨੂੰ ਸਮਝ ਲੈਂਦਾ ਹੈ। ਤਨ ਨੂੰ ਕਿਵੇਂ ਵਰਤਣਾ ਹੈ ਇਹਦੀ ਸਮਝ ਲੱਗ ਜਾਂਦੀ ਹੈ। ਸੁਣਿਆ ਦੁੱਖ ਪਾਪ ਦਾ ਨਾਸ਼ ਤੇ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਹੁਣਿਆ ਪੁੱਲਾ ਖਿਮਾ ਫਤੇਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ